स्कूल ऑफ एनिमल्स का जिहड़ा उद्घाटन करने वास्ते अरविंद केजरीवाल दिल्ली तो अज्ज पंजाब के तीन दिन के जिहड़े दौरे ते आ रहे आ। और जिहड़ा सब तो वड्डी गल है कि पिंड बग्गेवाला दे विच असीं मौजूद हाँ, तस्वीरां तुसीं वेख सकते हो, करीब 11 बज चुके हैं और सानू जिहड़ी जानकारी मिली है कि बस जिहड़ी इस पिंड तो बग्गेवाले तो जिहड़ी खाली जा रही है। जी आपां लोक रेलियां जो कि रह गए ते सानू मिलना कख नहीं, सरकारां आउणियां जांदियां रहणियां ने, चलो तो चलदा रहना इहनां दा प्रोसीजर, पर इहनां ने देना सानू कख नहीं। लारे जरूर ने जिमें 1000 रुपया दीबिया के खात्या के मेरे ख्याल 1.5 साल हो गया, दो भी अज तिकर तो कोई गलबात है नहीं गी। होर भी नशिया से देख लो, नशा असं विखा देने घर घर विकन डिया। देखो एक स्कूल खोलन के पिछे मेरे ख्याल अच्छ पूरा जोड़ा पंजाब का तंत्र मंत्र जिन्ना है वो सारा जो अमृतसर साहब के इकट्ठा किया गया, तो एक मतलब सियासी स्टैंड के वजो जो देखा गया। तो मेरे ख्याल जे तुम कि ਉਹੀ ਪੈਸਾ ਜਿਹੜਾ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੇ ਉੱਤੇ ਲਾਉਂਦੇ ਜੇ ਤਾਂ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਸੀ। ਉਹ ਲੋਕਾਂ ਨੂੰ ਕੋਈ ਥੋੜ੍ਹਾ ਬਹੁਤਾ ਆਸ ਹੁੰਦੀ, ਕੁਛ ਨਾ ਕੁਛ ਮਿਲ ਜਾਂਦਾ, ਉਹਨਾਂ ਦਾ ਘਰ ਬਾਰ ਬਣ ਜਾਂਦੇ, ਤਾਂ ਉਹ ਖੁਦ ਹੀ ਘਟਦਾ ਸਰ। ਇਹ ਕੇਜਰੀਵਾਲ ਨੂੰ ਦਿੱਲੀ ਤੋਂ ਆਉਣ ਦੀ ਕੋਈ ਐਡੀ ਵੱਡੀ ਜ਼ਰੂਰਤ ਨਹੀਂ ਸੀਗੀ, ਪਰ ਫਿਰ ਵੀ ਉਹਨੇ ਇੱਕ ਬੁਲਾਇਆ ਗਿਆ। ਸਿਰਫ ਇਹ ਮਸਲਾ ਕੀ ਆ, ਆਉਣ ਵਾਲੀਆਂ ਜਿਹੜੀਆਂ ਐਮ ਪੀ ਨੇ ਚੋਣਾਂ ਦਾ ਜਿਹੜਾ ਹੈ ਉਹ ਸਟੰਟ ਕੀਤਾ ਗਿਆ, ਹੋਰ ਕੋਈ ਵੀ ਇਹਦੇ 'ਤੇ ਕੋਈ ਐਡਾ ਵੱਡਾ ਮਸਲਾ ਨਹੀਂ ਗਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਲਾਈਵ ਅਪਡੇਟ ਲੈ ਕੇ ਤੁਹਾਡੇ ਨਾਲ ਅਸੀਂ ਹਾਜ਼ਰ ਹੋਏ ਹਾਂ। ਬਹੁਤ ਵੱਡੀ ਖਬਰ ਜਿਹੜੀ ਆ ਰਹੀ ਹੈ, ਕਿਉਂਕਿ ਅੱਜ ਜੇਕਰ ਆਪਾਂ ਗੱਲ ਕਰਦੇ 13 ਤਰੀਕ ਇਸ ਟਾਈਮ 11 ਵੱਜ ਚੁੱਕੇ ਆ ਔਰ ਸਾਹਮਣੇ ਤੁਸੀਂ ਬੱਸ ਦੇਖ ਸਕਦੇ ਹੋ, ਜਿਹੜਾ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜਾ ਪੰਜਾਬ ਦੇ 3 ਦਿਨਾਂ ਦੇ ਜਿਹੜੇ ਦੌਰੇ 'ਤੇ ਆ ਰਹੇ ਆ ਔਰ ਅੱਜ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਸਕੂਲ ਆਫ ਐਮੀਨੈਸ ਦਾ ਜਿਹੜਾ ਉਦਘਾਟਨ ਕਰਨ ਆ ਰਹੇ ਆ। ਤੁਸੀਂ ਦੇਖ ਸਕਦੇ ਹੋ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿੱਚੋਂ ਜਿਹੜਾ ਬੱਸ ਹੈ, ਜਿਹੜਾ ਬੱਸ ਸੀਰੀਅਲ ਨੰਬਰ 19 ਔਰ ਸਕੂਲ ਆਫ ਐਨੀਮਲਸ ਦਾ ਜਿਹੜਾ ਉਦਘਾਟਨ ਕਰਨ ਵਾਸਤੇ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਅੱਜ ਪੰਜਾਬ ਦੇ 3 ਦਿਨਾਂ ਦੇ ਜਿਹੜੇ ਦੌਰੇ 'ਤੇ ਆ ਰਹੇ ਆ। ਔਰ ਜਿਹੜਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿੰਡ ਬੱਗੇਵਾਲਾ ਦੇ ਵਿੱਚ ਅਸੀਂ ਮੌਜੂਦ ਹਾਂ, ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਕਰੀਬ 11 ਵੱਜ ਚੁੱਕੇ ਔਰ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਬੱਸ ਜਿਹੜੀ ਇਸ ਪਿੰਡ ਤੋਂ ਬੱਗੇਵਾਲੇ ਤੋਂ ਜਿਹੜੀ ਖਾਲੀ ਜਾ ਰਹੀ ਹੈ। ਕੁਝ ਬੱਸਾਂ ਇਸ ਇਲਾਕੇ ਦੇ ਵਿੱਚ ਚਲੋ ਥੋੜ੍ਹੀਆਂ ਬਾਲੀਆਂ ਗਈਆਂ, ਬਹੁਤ ਵੱਡੇ ਪੱਧਰ 'ਤੇ ਜੇਕਰ ਆਪਾਂ ਫਿਰੋਜ਼ਪੁਰ ਡੀਪੂ ਦੀ ਗੱਲ ਕਰਦੇ, ਸਬ ਡੀਪੂ ਜੀਰੇ ਦੀ ਗੱਲ ਕਰਦੇ ਹਾਂ, ਤਾਂ 90 ਬੱਸਾਂ ਦੀ ਅੱਜ ਜਿਹੜੀ ਜਿਹੜਾ ਪੰਜਾਬ ਰੋਡਵੇ ਦੇ ਬੱਸਾਂ ਦੀ 90 ਬੱਸਾਂ ਦੀ ਡਿਊਟੀ ਲੱਗੀ ਸੀਗੀ। ਔਰ ਸਰਕਾਰੀ ਮਸ਼ੀਨਰੀ ਦੀ ਕਿਸ ਤਰ੍ਹਾਂ ਦੁਰਵਰਤੋਂ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ, ਪੰਜਾਬ ਰੋਡਵੇ ਦੀਆਂ ਬੱਸਾਂ ਨੂੰ ਜਿਹੜਾ ਲੈ ਕੇ ਪਿੰਡਾਂ ਦੇ ਵਿੱਚ ਪਹੁੰਚਣਾ, ਆਮ ਆਦਮੀ ਪਾਰਟੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਵੱਡੇ ਪੱਧਰ 'ਤੇ ਇਸ਼ਤਿਹਾਰਬਾਜ਼ੀ, ਆਪਣੀਆਂ ਰੈਲੀਆਂ ਨੂੰ ਕਾਮਯਾਬ ਕਰਨ ਵਾਸਤੇ ਜਿਹੜਾ ਕਰੋੜਾਂ ਰੁਪਏ ਖਰਚੇ ਜਾ ਰਹੇ ਆ। ਪਿਛਲੇ ਦਿਨ G20 ਹੋਇਆ ਸੀ, ਕਰੋੜਾਂ ਰੁਪਏ ਉੱਥੇ ਖਰਚੇ ਗਏ ਆ। ਹੁਣ ਇੱਕ ਸਕੂਲ ਆਫ ਐਮੀਨਸ ਦਾ ਜਿਹੜਾ ਉਦਘਾਟਨ ਕਰਨ ਵਾਸਤੇ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜੀ ਆ ਰਹੇ ਆ, ਕਰੋੜਾਂ ਰੁਪਏ ਖਰਚੇ ਜਾ ਰਹੇ, ਲੇਕਿਨ ਜਿਹੜਾ ਹੜ੍ਹ ਪੀੜਤ ਜਿਹੜੇ ਹੈਗੇ ਆ ਲੋਕ ਹੈਗੇ ਆ, ਹੜ੍ਹ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੈਗੇ ਆ, ਉਹਨਾਂ ਵਾਸਤੇ ਸਰਕਾਰ ਕੋਲ ਕੁਝ ਨਹੀਂ ਗਾ। ਜਿਸ ਤਰ੍ਹਾਂ ਪੰਜਾਬ ਰੋਡਵੇਜ਼ ਦੀਆਂ ਜਿਹੜੀਆਂ ਸਾਰੀਆਂ ਲਗਭਗ 12-13 ਡਿਪੂਆਂ ਦੀਆਂ ਬੱਸਾਂ ਜਿਹੜੀਆਂ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਉੱਥੇ ਸਕੂਲ ਆਫ ਐਨੀਮਲਸ ਦੇ ਜਿਹੜਾ ਉਦਘਾਟਨ ਵਾਸਤੇ ਉੱਥੇ ਪਹੁੰਚੀਆਂ ਹੋਈਆਂ ਨੇ ਔਰ ਜਿਹੜਾ ਸਵਾਰੀਆਂ ਨੂੰ ਖੱਜਲ ਖਰਾਬੀ ਔਰ ਬਹੁਤ ਵੱਡੇ ਪੱਧਰ 'ਤੇ ਜਿਹੜਾ ਸਰਕਾਰੀ ਜਿਹੜਾ ਖਜ਼ਾਨੇ ਨੇ ਚੂਨਾ ਲਾਇਆ ਜਾ ਰਿਹਾ। ਬੇਸ਼ੱਕ ਦੀ ਇਹ ਹਵਾਲਾ ਦਿੱਤਾ ਜਾ ਰਿਹਾ ਕਿ ਉਹਨਾਂ ਨੂੰ ਤੇਲ ਦਿੱਤਾ ਜਾ ਰਿਹਾ, ਦਿਹਾੜੀ ਦਿੱਤੀ ਜਾ ਰਹੀ ਹੈ ਪੰਜਾਬ ਰੋਡਵੇਜ਼ ਨੂੰ, ਲੇਕਿਨ ਹੋਰ ਵੀ ਬਹੁਤ ਸਾਰੇ ਪਹਿਲੂ ਹੈਗੇ ਆ ਕਿ ਪੈਸਾ ਦਾ ਜਿਹੜਾ ਲੋਕਾਂ ਦਾ ਜਾਂ ਜਿਹੜਾ ਟੈਕਸ ਸਾਰਾ ਲੋਕਾਂ ਦਾ ਹੈਗਾ। ਮੇਰਾ ਨਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਹੈਗਾ ਵੀਰ ਸਰਜੀਤ ਸਿੰਘ, ਜੋਨ ਬਾਬਾ ਰਾਮਨਾਲ ਤੋਂ। ਵੀਰ ਜੀ, ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ 3 ਦਿਨਾਂ ਦੇ ਦੌਰੇ 'ਤੇ ਹੈਗੇ ਆ ਪੰਜਾਬ ਦੇ, ਕਿਸ ਤਰ੍ਹਾਂ ਕੀ ਲੱਗਦਾ ਤੁਹਾਨੂੰ ਜਿਹੜਾ ਪੰਜਾਬ ਦਾ ਸਾਰਾ ਇਕੱਠ ਉੱਥੇ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ, ਜਿਹੜਾ ਇੱਕ ਉਦਘਾਟਨ ਕੀਤਾ ਜਾ ਰਿਹਾ ਸਕੂਲ ਆਫ ਐਮੀਨਸ, ਇੱਕ ਸਕੂਲ ਜਿਹੜਾ ਪੰਜਾਬ ਦੇ ਵਿੱਚ ਖੋਲ੍ਹਿਆ ਗਿਆ, 117 ਸਕੂਲ ਖੋਲ੍ਹਣ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਵੀ 117 ਸਕੂਲ ਖੋਲ੍ਹਾਂਗੇ, ਚਲੋ ਚੰਗੀ ਗੱਲ ਹੈ ਵੀ ਸਕੂਲ ਖੋਲ੍ਹਣੇ ਵਧੀਆ ਸਰਕਾਰੀ ਸਕੂਲਾਂ ਨੂੰ। ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜੇ ਪਹਿਲਾਂ ਵਾਲੇ ਸਕੂਲ ਖੁੱਲ੍ਹੇ ਹੋਏ ਨੇ ਤੁਸੀਂ ਉਹਨਾਂ ਨੂੰ ਜਿਹੜਾ ਸਹੀ ਕਰ ਦਿਓ, ਸਕੂਲ ਹੋਸਪਿਟਲ ਕੁਛ ਵੀ, ਹਾਂ ਬਿਲਕੁਲ ਉਹਨਾਂ ਨੂੰ ਸਹੀ ਕਰ ਦਿਓ, ਅਤੇ ਜੇ ਉਹਦੇ ਵਿੱਚ ਸਾਰੀਆਂ ਸੁਵਿਧਾਵਾਂ ਹੋਣ ਤਾਂ ਨਵਾਂ ਖੋਲ੍ਹਣ ਦੀ ਜ਼ਰੂਰਤ ਨਹੀਂ ਪੈਣੀ। ਜੇ ਸਰਕਾਰੀ ਸਕੂਲਾਂ ਨੂੰ ਵਧੀਆ ਤੌਰ 'ਤੇ ਬੜਾਵਾ ਦੇਣਾ ਤਾਂ ਮੇਰੇ ਖਿਆਲ ਦੇ ਵਿੱਚ ਮੇਰਾ ਮੰਨਣਾ ਇਹ ਆ ਕਿ ਤੁਸੀਂ ਆਲ ਓਵਰ ਜਿਹੜਾ ਪੰਜਾਬ ਦੇ ਵਿੱਚ ਇੱਕ ਹੀ ਸਬਜੈਕਟ ਕਰ ਦਿਓ, ਕਿਸੇ ਵੀ ਅਗਰ ਕਲਾਸ ਦਾ ਜੇ ਇੱਕ ਮੰਨ ਲਓ ਇੰਗਲਿਸ਼ ਦਾ ਆਪਾਂ ਲੈ ਲੈਂਦੇ ਹਾਂ ਤਾਂ ਇਹ ਪੂਰੇ ਸਕੂਲਾਂ ਵਿੱਚ, ਪ੍ਰਾਈਵੇਟ ਸਕੂਲ ਹੋਣ ਚਾਹੇ ਸਰਕਾਰੀ ਸਕੂਲ, ਉਹਨਾਂ ਦਾ ਇੱਕ ਹੀ ਸਬਜੈਕਟ ਹੋ, ਤਾਂ ਆਟੋਮੈਟਿਕ ਹੀ ਜਿਹੜਾ ਸਰਕਾਰੀ ਸਕੂਲਾਂ ਨੂੰ ਜਿਹੜਾ ਉਹ ਵਧੀਆ ਬੜਾਵਾ ਮਿਲ ਜਾਏਗਾ, ਤਾਂ ਤੁਸੀਂ ਉਹ ਸਕੂਲਾਂ ਦੇ ਉੱਤੇ ਜ਼ੋਰ ਦੇ ਸਕਦੇ। ਦੇਖੋ ਇੱਕ ਸਕੂਲ ਖੋਲ੍ਹਣ ਦੇ ਪਿੱਛੇ ਮੇਰੇ ਖਿਆਲ ਦੇ ਵਿੱਚ ਅੱਜ ਪੂਰਾ ਜਿਹੜਾ
ਪੰਜਾਬ ਦਾ ਤੰਤਰ ਮੰਤਰ ਜਿੰਨਾ ਹੈ ਉਹ ਸਾਰਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਕੱਠਾ ਕੀਤਾ ਗਿਆ ਤਾਂ ਇੱਕ ਇਹ ਮਤਲਬ ਸਿਆਸੀ ਸਟੈਂਡ ਦੇ ਵਜੋਂ ਜਿਹੜਾ ਉਹਨੂੰ ਦੇਖਿਆ ਗਿਆ। ਤੁਸੀਂ ਦੇਖੋ ਵੀ ਕਿੰਨਾ ਲੱਖਾਂ ਰੁਪਏ ਦਾ ਮੇਰੇ ਖਿਆਲ ਜਿਹੜਾ ਪੰਜਾਬ ਦੇ ਜਿਹੜਾ ਕਰੋੜਾਂ ਰੁਪਏ ਦਾ ਖਰਚ ਜਿਹੜਾ ਉੱਥੇ ਹੋਇਆ ਹੋਵੇਗਾ। ਬੜੀ ਵੱਡੀ ਜਿਹੜੀ ਉਹਨਾਂ ਨੇ ਆਪਦੇ ਵੱਲੋਂ ਰੈਲੀ ਕੀਤੀ, ਕਾਨਫਰੰਸ ਕੀਤੀ, ਉਹਦੇ ਵਿੱਚੋਂ ਨਿਕਲ ਕੇ ਆ ਜਾਏਗਾ ਕੀ ਨਿਕਲਿਆ ਤਾਂ ਐਡਾ ਵੱਡਾ ਜਿਹੜਾ ਤਾਮ ਜਾਮ ਲਾ ਕੇ ਇੰਨਾ ਵੱਡਾ ਖਰਚਾ ਕੀਤਾ ਗਿਆ। ਅਗਰ ਤੁਸੀਂ ਇਹੀ ਖਰਚਾ ਮੇਰੇ ਖਿਆਲ ਦੇ ਵਿੱਚ ਜੇ ਹੜ੍ਹਪੀੜ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਜਿਹੜੇ ਅੱਜ ਬੇਘਰ ਹੋਏ ਲੋਕ ਨੇ, ਜਿਨ੍ਹਾਂ ਦੀਆਂ ਮਾਲ ਡੰਗਰ ਰੁੜ ਗਿਆ, ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੁਰਗੀ ਦਾ ਵੀ ਪੈਸਾ ਦੇਵਾਂਗੇ, ਤਾਂ 6800 ਰੁਪਏ ਤੇ ਜਿਹੜਾ ਸਾਰ ਦਿੱਤਾ ਗਿਆ ਉਹ ਵੀ ਕੇਂਦਰ ਦਾ, ਕੇਂਦਰ ਗਵਰਨਮੈਂਟ ਵੱਲੋਂ ਜਿਹੜਾ 6800 ਰੁਪਇਆ ਜਿਹੜਾ ਦਿੱਤਾ ਗਿਆ ਏ ਉਹਦੇ ਨਾਲ ਹੀ ਸਾਰ ਦਿੱਤਾ ਗਿਆ। ਜਿਹੜਾ ਆਪਣੇ ਵੱਲੋਂ 8200 ਰੁਪਇਆ ਜਿਹੜਾ ਹੋਰ ਸਰਕਾਰ ਨੇ ਪਾਉਣਾ ਸੀ ਉਹ ਅਜੇ ਤੀਕਰ ਉਹਦਾ ਗੱਲਬਾਤ ਨਹੀਂ ਹੈਗੀ। ਤਾਂ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਕਿਤੇ ਉਹੀ ਪੈਸਾ ਜਿਹੜਾ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੇ ਉੱਤੇ ਲਾਉਂਦੇ ਜੇ ਤਾਂ ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਸੀ। ਉਹ ਲੋਕਾਂ ਨੂੰ ਕੋਈ ਥੋੜ੍ਹਾ ਬਹੁਤਾ ਆਸ ਹੁੰਦੀ, ਕੁਛ ਨਾ ਕੁਛ ਮਿਲ ਜਾਂਦਾ, ਉਹਨਾਂ ਦਾ ਘਰ ਬਾਰ ਬਣ ਜਾਂਦੇ। ਪਰ ਅੱਜ ਜਿਹੜਾ ਏ ਉਸ ਸਿਆਸੀ ਜਿਹੜੀ ਇੱਕ ਰੈਲੀ ਕੀਤੀ ਗਈ ਜਿਹੜੀ ਬੇਤੁੱਕੀ ਸੀਗੀ, ਤਾਂ ਇੱਕ ਸਕੂਲ ਦਾ ਹਵਾਲਾ ਦਿੱਤਾ ਗਿਆ। ਮੈਨੂੰ ਨਹੀਂ ਲੱਗਦਾ ਵੀ ਉਹ ਸਕੂਲ ਦਾ ਨਾਂ ਲੈ ਕੇ ਕਿ ਪੂਰਾ ਪੰਜਾਬ ਉਹ ਸਕੂਲ ਦੇ ਵਿੱਚ ਨਹੀਂ ਆ ਕੇ ਪੜ੍ਹ ਸਕਦਾ। ਜੇ ਤੁਸੀਂ ਸਿਸਟਮ ਢਾਂਚਾ ਸਹੀ ਨਹੀਂ ਕੀਤਾ ਤਾਂ ਫਿਰ ਇੱਕ ਸਕੂਲ ਦੇ ਉਹ ਅੰਮ੍ਰਿਤਸਰ ਦੇ ਵਿੱਚ ਹੀ ਕੋਈ ਸਾਰੇ ਪੰਜਾਬ ਨੇ ਨਹੀਂ ਪੜ੍ਹਨਾ। ਡੀਸੀ ਵੀ ਉਦਘਾਟਨ ਕਰ ਸਕਦਾ, ਕੋਈ ਵੀ ਕਰ ਸਕਦਾ। ਬਿਲਕੁਲ, ਅਗਰ ਜੇ ਉਦਘਾਟਨ ਦੀ ਗੱਲ ਏ ਤੇ ਉਦਘਾਟਨ ਜਿਹੜਾ ਏ ਪੰਜਾਬ ਦਾ ਮੁੱਖ ਮੰਤਰੀ ਇੱਕ ਸੀਐਮ ਏ ਤਾਂ ਉਹ ਖੁਦ ਹੀ ਉਦਘਾਟਨ ਕਰ ਸਕਦੇ। ਕੇਜਰੀਵਾਲ ਨੂੰ ਦਿੱਲੀ ਤੋਂ ਆਉਣ ਦੀ ਕੋਈ ਐਡੀ ਵੱਡੀ ਜ਼ਰੂਰਤ ਨਹੀਂ ਸੀਗੀ, ਪਰ ਫਿਰ ਵੀ ਉਹਨੇ ਇੱਕ ਬੁਲਾਇਆ ਗਿਆ। ਸਿਰਫ ਇਹ ਮਸਲਾ ਕੀ ਆ, ਆਉਣ ਵਾਲੀਆਂ ਜਿਹੜੀਆਂ ਐਮ ਪੀ ਨੇ ਚੋਣਾਂ ਦਾ ਜਿਹੜਾ ਹੈ ਉਹ ਸਟੰਟ ਕੀਤਾ ਗਿਆ। ਹੋਰ ਕੋਈ ਵੀ ਇਹਦੇ 'ਤੇ ਕੋਈ ਐਡਾ ਵੱਡਾ ਮਸਲਾ ਨਹੀਂ ਗਾ। ਸਕੂਲਾਂ ਨੂੰ ਲੈ ਕੇ ਜਾਂ ਨਸ਼ਿਆਂ ਨੂੰ ਲੈ ਕੇ ਜਾਂ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਕੋਈ ਐਡੀ ਸਰਕਾਰ ਸੀਰੀਅਸ ਉਹ ਨਹੀਂ ਹੈਗੀ। ਤੁਹਾਡੇ ਸਾਹਮਣੇ ਆ ਜੇ ਹੜ੍ਹਾਂ ਨੂੰ ਲੈ ਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। 18 ਤਰੀਕ ਨੂੰ 18 ਅਗਸਤ ਨੂੰ ਮੀਟਿੰਗ ਹੁੰਦੀ ਹੈ ਕਿ ਜੇ ਭਗਵੰਤ ਮਾਨ ਸਰਕਾਰ ਦੇ ਨਾਲ 18 ਤਰੀਕ ਨੂੰ ਮੰਨਿਆ ਜਾਂਦਾ ਵੀ ਕੇਂਦਰ ਸਰਕਾਰ ਦੇ ਤੁਸੀਂ ਜਿਹੜਾ ਇਹ ਖਿਲਾਫ਼ ਜਿਹੜਾ ਇਹ ਆਪਦਾ ਮੋਰਚਾ ਖੋਲ੍ਹ ਸਕਦੇ ਜੀ। ਚੰਡੀਗੜ੍ਹ ਜਾਣ ਤੋਂ ਪਹਿਲਾਂ 21 ਤਰੀਕ ਨੂੰ ਆਗਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਕਿਸਾਨ ਦੀ ਜਿਹੜੀ ਉੱਥੇ ਮੌਤ ਹੋ ਜਾਂਦੀ ਹੈ ਤਾਂ ਪ੍ਰੀਤਮ ਸਿੰਘ ਨੂੰ ਜਿਹੜਾ ਉੱਥੇ ਸ਼ਹੀਦ ਕਰ ਦਿੱਤਾ ਜਾਂਦਾ ਹੈ, ਟਰਾਲੀਆਂ ਦੇ ਵਿੱਚ ਕੁਚਲ ਦਿੱਤਾ ਜਾਂਦਾ ਹੈ, ਬੱਸਾਂ ਦੇ ਸ਼ੀਸ਼ੇ ਭੰਨੇ ਜਾਂਦੇ ਨੇ, ਨੁਕਸਾਨ ਜਿਹੜਾ ਹੈ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ। ਤਾਂ ਇਹਦਾ ਮਤਲਬ ਇਹ ਕਿ ਪੰਜਾਬ ਸਰਕਾਰ ਜਿਹੜੀ ਇਹ ਕੇਂਦਰ ਸਰਕਾਰ ਦੇ ਪੈਰਾਂ ਦੇ ਉੱਤੇ ਪੈਰ ਰੱਖ ਕੇ ਚੱਲ ਰਹੀ ਹੈ, ਉਹਨਾਂ ਦੇ ਸਟੈਂਟ ਜਿਹੜਾ ਇਹ ਖੇਡ ਰਹੇ ਨੇ ਕੋਈ ਵੱਡੀ ਵਾਹਦੀ ਗੱਲ ਹੋਰ ਹੈ ਨਹੀਂ। ਅੱਛਾ, ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿੱਚੋਂ ਅੱਜ ਕੁਝ ਥਾਵਾਂ 'ਤੇ ਅਸੀਂ ਸਾਨੂੰ ਸੂਚਨਾ ਪ੍ਰਾਪਤ ਹੋਈ ਕਿ ਕੁਝ ਬੱਸਾਂ ਵਾਪਸ ਵੀ ਹੋਈਆਂ ਬੜੇ ਵੱਡੇ ਪੱਧਰ 'ਤੇ ਜਿਹੜੀਆਂ ਬੱਸਾਂ, ਕਿਉਂਕਿ ਇਹਨਾਂ ਕਰੀਬ ਕਰੀਬ ਹਰੇਕ ਪਿੰਡ ਦੇ ਵਿੱਚ ਸਰਕਾਰੀ ਰੋਡਵੇਜ਼ ਦੀ ਬੱਸ ਭੇਜੀ ਸੀ। ਇਹ ਵੀ ਪਹਿਲੀ ਵਾਰ ਹੈਗੀ, ਬੇਸ਼ੱਕ ਦੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਕਿ ਪਿੰਡ ਦੇ ਵਿੱਚ ਸਰਕਾਰੀ ਬੱਸ ਦਾ ਆਉਣਾ, ਪ੍ਰਾਈਵੇਟ ਬੱਸ ਦਾ ਆਉਣਾ, ਜਿਵੇਂ ਉਹ ਆਪਾਂ ਕਹਿੰਦੇ ਵੀ ਹੈਗੀ ਤਾਂ ਪੈਸੇ ਦੀ ਦੁਰਵਰਤੋਂ, ਸਮੇਂ ਦੀ ਦੁਰਵਰਤੋਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਕੁਝ ਥਾਵਾਂ ਤੋਂ ਸਾਨੂੰ ਵੀ ਰਿਪੋਰਟਾਂ ਮਿਲੀਆਂ ਵੀ ਜਿਹੜੀਆਂ ਬੱਸਾਂ ਨੇ ਸਰਕਾਰੀ ਬੱਸਾਂ, ਕਿਉਂਕਿ ਹਰੇਕ ਪਿੰਡ 'ਚ ਭੇਜੀਆਂ ਨੇ, ਕਾਫੀ ਪਿੰਡਾਂ 'ਚ ਭੇਜੀਆਂ, ਉਹ ਬੱਸਾਂ ਇਹਨੇ ਖਾਲੀ ਵਾਪਸ ਭੇਜੀਆਂ ਗਈਆਂ ਡਿਪੋ ਨੇ, ਉਹਦੇ ਬਾਰੇ ਕੀ ਕਹੋ? ਦੇਖੋ ਜੀ, ਜੇ ਗੱਲ ਅੱਜ ਬੱਸਾਂ ਦੀ ਕਰੀਏ ਤਾਂ ਪਹਿਲੀ ਗੱਲ ਤਾਂ ਇਹਨਾਂ ਨੇ ਸਰਕਾਰ ਦੀਆਂ ਜਿਹੜੀਆਂ ਆਮ ਪਬਲਿਕ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ ਬੱਸਾਂ ਨੇ ਉਹ ਇਹਨਾਂ ਨੇ ਰੈਲੀ ਵਾਸਤੇ ਲਾਈਆਂ ਨੇ, ਤਾਂ ਚਲੋ ਜੇ ਉਹ ਜਿਸ ਤਰ੍ਹਾਂ ਪਿਛਲੀ ਸਰਕਾਰ ਕਰਦੀ ਸੀ ਉਸ ਤਰ੍ਹਾਂ ਹੀ ਇਹ ਕਰ ਰਹੇ ਨੇ, ਕੋਈ ਬਾਹਲਾ ਫਰਕ ਨਹੀਂ ਹੈਗਾ ਇਹਨਾਂ ਦੇ ਵਿੱਚ ਵੀ, ਉਸ ਤਰ੍ਹਾਂ ਬਿਲਕੁਲ ਉਵੇਂ ਸੇਮ ਹੀ ਕਰ ਰਹੇ ਨੇ। ਦੂਜੀ ਗੱਲ ਇਹ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ, ਦੇਖੋ ਲੋਕਾਂ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਪਹਿਲਾਂ ਹੀ ਬਹੁਤ ਨਿਰਾਸ਼ਤਾ, ਤਾਂ ਪਿੰਡਾਂ ਦੇ ਵਿੱਚੋਂ ਜਿਹੜੀਆਂ ਉਹ ਖਾਲੀ ਬੱਸਾਂ ਜਿਹੜੀਆਂ ਨੇ ਉਹ ਮੁੜੀਆਂ ਨੇ, ਜਿੱਥੋਂ ਤੀਕਰ ਲੱਗਦਾ ਵੀ ਕੁਰਸੀਆਂ ਵੀ ਇਹਨਾਂ ਦੀਆਂ ਖਾਲੀ ਉੱਥੇ ਰਹੀਆਂ ਹੋਣਗੀਆਂ। ਹਾਂ, ਇਹਨਾਂ ਨੇ ਚੁੱਕ ਲਈਆਂ ਹੋਣ ਤਾਂ ਕੋਈ ਅਲੱਗ ਚੀਜ਼ ਆ, ਉੱਥੋਂ ਚੁੱਕ ਲਈਆਂ ਹੋਣ ਪਹਿਲਾਂ ਆਉਣ ਤੋਂ, ਅਤੇ ਬਾਕੀ ਪੂਰਾ ਪੰਜਾਬ ਉੱਥੇ ਅੰਮ੍ਰਿਤਸਰ ਦੇ ਵੇਚ ਸਕਦੇ ਆ। ਦੂਜੀ ਚੀਜ਼ ਇਹ ਆ, ਦੇਖੋ ਜਿਹੜੇ ਲੋਕ ਪਿੰਡਾਂ ਦੇ ਵਿੱਚੋਂ ਜਾਂਦੇ ਨੇ, ਅਸਲ ਦੇ ਵਿੱਚ ਲੋਕ ਜਿਹੜੇ ਨੇ ਉਹ ਜਿਹੜੇ ਪਿੰਡਾਂ ਦੇ ਵਿੱਚ ਲੋਕ ਜਿਹੜੇ ਸਿਆਸੀ ਪਾਰਟੀਆਂ ਦੇ ਨਾਲ ਚੱਲਦੇ ਨੇ ਉਹਨਾਂ ਦੇ ਮੂੰਹ ਲਿਹਾਜ਼ ਨੂੰ ਉੱਥੇ ਜਾਣਾ ਪੈ ਜਾਂਦਾ ਲੋਕਾਂ ਨੂੰ, ਔਰ ਲੋਕ ਚਲੇ ਜਾਂਦੇ ਨੇ, ਸਿਰਫ ਇੱਕ ਵਧੇ ਹੋਏ ਨੇ ਉਹ ਲੋਕ ਆਪਸ ਦੇ ਵਿੱਚ ਭਾਈਚਾਰਕ ਸਾਂਝ ਦੇ ਵਿੱਚ। ਤਾਂ ਉਹ ਜਿਵੇਂ ਸਪੋਜ਼ ਕਰੋ ਮੈਂ ਉਹਨਾਂ ਨੂੰ ਆਖਾਂ ਵੀ ਮੈਂ ਜੀ ਰੈਲੀ ਦੇ ਵਿੱਚ ਜਾਣਾ ਹੈ ਤਾਂ ਮੇਰੇ ਨਾਲ ਤੁਸੀਂ ਜ਼ਰੂਰ ਚੱਲੋ, ਉਹਨਾਂ ਨੇ ਕੇਜਰੀਵਾਲ ਜਾਂ ਭਗਵੰਤ ਮਾਨ ਦੇ ਮੂੰਹ ਨੂੰ ਨਹੀਂ ਜਾਣਾ ਜਾਂ ਝਾੜੂ ਪਾਰਟੀ ਦੇ ਮੂੰਹ ਨੂੰ ਨਹੀਂ ਜਾਣਾ, ਉਹ ਮੇਰੇ ਮੂੰਹ ਨੂੰ ਜਿਹੜਾ ਉਹ ਨਾਲ ਚਲੇ ਜਾਂਦੇ ਨੇ ਸਾਂਝ ਦੇ ਤੌਰ 'ਤੇ, ਕੋਈ ਚਲੇ ਜਾਂਦੇ ਨੇ ਅਤੇ ਚਲੋ ਉਹਨਾਂ ਦੇ ਨਾਲ ਜਿਹੜੇ ਨੇ ਉਹ ਕਿਸੇ ਪਿੰਡਾਂ ਦੇ ਵਿੱਚੋਂ ਕੋਈ 10 ਬੰਦੇ ਚਲੇ ਵੀ ਗਏ ਨੇ ਅਤੇ ਨਹੀਂ ਕਿ ਇੱਥੇ ਬਾਹਲੀਆਂ ਜਿਹੜੀਆਂ ਫਿਰੋਜ਼ਪੁਰ ਦੇ ਵਿੱਚ ਨੇ ਉਹ ਬੱਸਾਂ ਖਾਲੀ ਮੁੜੀਆਂ ਨੇ, ਬਾਕੀ ਉਹਨਾਂ ਨੇ ਮੁੜ ਕੇ ਆਪੋ ਆਪਣੀਆਂ ਗੱਡੀਆਂ 'ਤੇ 2-2, 3-3 ਜਾਣੇ ਉਹ ਗਏ ਨੇ, ਤਾਂ ਕੋਈ ਬਾਹਲੀ ਵਧੀਆ ਇਹਨਾਂ ਦੀ ਹਾਲਤ ਇਹਨਾਂ ਦੀ ਵੀ ਹੈ ਨਹੀਂ। ਇੱਕ ਤਾਂ ਜੀ ਸੁਰਜੀਤ ਸਿੰਘ ਜੀ, ਇੱਕ ਗੱਲ ਹੋਰ ਵੀ ਇੱਥੇ ਸਾਹਮਣੇ ਆਉਂਦੀ ਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਹੜ੍ਹ ਆਏ ਆ, ਲਗਭਗ 60-70 ਦਿਨ ਆਪਾਂ ਵੇਖੇ ਆ,
सरकार की कारगुजारी की लोगों को भी तो थोड़ा बहुत जरूर समझना चाहिए, हालांकि फर्क जरूर पिया, लेकिन लोगों को भी समझना चाहिए भी साड़ी मदद जी समाज सेवी ने की, जथेबंदियां की, संप्रदाव ने की है, हालांकि परछावा जरूर है लेकिन उस पद्धर से चेतना लोगों से नहीं है। मेरा यह मानना है भी देखो जे अगर लोगों को चाहिए है भी आपदा तुम सोच के चलो भी साढ़े ना सरकार कर की रही सरकार आने वाले समय के सू लुट किए रही जिस तरह हम स्मार्ट मीटर लाए जा रहे हैं तो मैं लगता भी जो लोग उन्होंने नाल भी गए ने अज जे लोग गए ने अगर उन्होंने अज पुछ लिया जाए कि स्मार्ट मीटर ठीक ने तो वह कहे भी नहीं सही, पर उन्होंने बिच अंदर की शक्ति जी बर्दाश्त माता जन बोलने की शक्ति जी सामने नहीं है, असं कहने माड़े ने असं उन्होंने सू भगवंत मान के सामने कर दो अहने माड़े ने, पर उन्होंने बिच ये चीज जरूर हैगी है भी ये चीज माड़ी है पर सामने बोलने की जी ताकत उन्होंने नहीं हैगी, तो लोग इस वजह के कारण जो तुरे हुए हैं। छोटा जहा सवाल मेरा जिम्मे 600 रुपया जरा बहुत सारे खात्या पाया जा रहा जो हड़ पीड़ित लोग है हड़ प्रभावित है उन्होंने लोगों को अपील की करोगे सरकार को, तो आप अपील कर दी भी सरकार भगवंत मान कहते मैं 20,000 रुपया दूंगा 50,000 रुपये की आप मांग की 800 रुपया बड़े व्डे पद्धर से खात्या पै रहा उन्होंने जो तीन झोना लाता हूँ अभी आप खुद वेखते हैं कि जमीन के तीन तीन परतं चढ़ गई मिट्टी दियाँ रेता दियाँ जो भी फुट खड्डे उच्चिया नीवें हो गई तो लोगों को मैसेज भगवंत मान ने मुर्गी मरी आंडा ये वो सारे ने ऐलान किए कि असं देंगे किसानों 15-20,000 रुपया जो मुआवजा दिता जाएगा, पर सरकार उस चीज़ तो मुकर रही उस चीज़ में लैके 21 तरीक न 21 अगस्त को जोड़ा चंडीगढ़ मोर्चे लग रहे थे चलो उनके तो फिर टूल प्लाजे घेरे गए सहमति हुई। मैं हूँ लोगों लास्ट अपील करदा भी थोड़े अगे लोगों अपील आ बेनती है 28 तरीक न पूरे पंजाब रेलों के चक्का जाम किया जा रहा, क्योंकि पंजाब सरकार तो सेंटर सरकार जी अपने वादियां तो बिल्कुल मुकर चुकी 28 तरीक न जोड़ा है पक्के मोर्चे जोड़े ट्रेनों पटड़ियों से लाए जा रहे हैं, अगर वाकई जे असी शहीद प्रीतम सिंह के दुखदाई घटना के खड़े हैं नाल हाड़ पीड़ित जोड़े लोग ने उन्हों के नाल खड़ते हैं जिन्हों के घर ढह गए मही रुड़ गई बंदे चले गए घर चो बेघर हो गए जे उन्होंने नाल अं वाकई खड़ते हैं तो 28 तरीक न रेलों के उत्ते जो किसान मजदूर संघर्ष कमेटी के नाल 15-16 जथेबंदियां ने जिहड़ियां उन्हां दा सहयोग दे के उन्हां दा पक्का जिहड़ा मोर्चा उत्थे आपां कामयाब करिए तां कि आपां सरकार तो जिहड़ा कुछ ना कुछ लै सकीए, ऐंदा नहीं तो जे आपां लोग रेलियां जोगे रह गए तो सानू मिलना कख नहीं, सरकार आनियां जांदियां रहणियां ने चलो तो चलता रहना इन्हां दा प्रोसीजर, पर इन्हां ने देना सानू कख नहीं, लारे जरूर ने ਜਿਵੇਂ 1,000 ਰੁਪਿਆ ਦੀਬੀਆਂ ਦੇ ਖਾਤਿਆਂ ਦੇ ਵਿੱਚ ਮੇਰੇ ਖਿਆਲ 'ਚ 1.5 ਸਾਲ ਹੋ ਗਿਆ 2 ਤਾਂ ਉਹ ਵੀ ਅਜ ਤੀਕਰ ਤਾਂ ਕੋਈ ਗੱਲਬਾਤ ਹੈ ਨਹੀਂ ਗੀ, ਹੋਰ ਵੀ ਨਸ਼ਿਆਂ 'ਤੇ ਦੇਖ ਲਓ ਨਸ਼ਾ ਅਸੀਂ ਵਿਖਾ ਦਿੰਦੇ ਹਾਂ ਘਰ ਘਰ ਵਿਗੰਡਿਆ ਤਾਂ ਬੜੀਆਂ ਥਾਵਾਂ 'ਤੇ ਨਸ਼ੇ ਜਿਹੜੇ ਨੇ ਉਹ ਵਿਗ ਰਹੇ ਨੇ ਉਹਨਾਂ 'ਤੇ ਵੀ ਜਿਹੜੀ ਰੋਕਥਾਮ ਨਹੀਂ ਕੀਤੀ ਜਾ ਰਹੀ, ਇਸ ਕਰਕੇ 28 ਤਰੀਕ ਨੂੰ ਜਿਹੜਾ ਮੋਰਚਾ ਲੱਗ ਰਿਹਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਵੀ ਉਹਦੇ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਭਾਈ ਪਹੁੰਚੋ। ਧੰਨਵਾਦ ਵੀਰ ਸਰਜੀਤ ਸਿੰਘ ਜੀ, ਇਹ ਸਨ ਮੇਰੇ ਨਾਲ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਤੋਂ ਦੋਨਾਂ ਰੁਕੇ ਤੋਂ ਪ੍ਰਧਾਨ ਸਰਜੀਤ ਸਿੰਘ। ਸੋ ਵੀਡੀਓ ਦੇ ਦੋਨਾਂ ਤੁਸੀਂ ਪੱਖ ਦੇਖੇ ਆ, ਜਥੇਬੰਦੀ ਦਾ ਪੱਖ ਵੀ, ਔਰ ਇੱਥੇ ਤੁਸੀਂ ਅਸੀਂ ਪਿੰਡ ਬੱਗੇਵਾਲ ਤੋਂ ਜਿਹੜੀ ਕਵਰੇਜ ਕੀਤੀ ਹੈ ਉਹ ਬੱਸ ਜਿਹੜੀ ਵਾਪਸ ਮੁੜੀ ਉਹਦੀ ਵੀ ਕਵਰੇਜ ਕੀਤੀ ਹੈ, ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਆਪਣੇ ਕਮੈਂਟ ਵੀ ਦੇਣਾ, ਸੁਝਾਅ ਵੀ ਦੇਣਾ, ਤਾਂ ਕਿ ਜਿਹੜਾ ਅਸੀਂ ਜਿਹੜੀ ਕੋਸ਼ਿਸ਼ ਕੀਤੀ ਅੱਜ ਕਿ ਅੱਜ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਰੈਲੀ ਹੈ ਅਤੇ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਆਪ ਜਿਹੜੀ ਬੁੱਧੀ ਉਹਨੂੰ ਸੁਚੇਤ ਕਰੋ, ਔਰ ਜਿਹੜੇ ਸਰਕਾਰਾਂ ਦੇ ਲਾਰੇ ਉਹਨਾਂ ਦੇ ਝਾਸਿਆਂ ਵਿੱਚ ਨਾ ਕੇ ਵੱਡੇ ਪੱਧਰ ਜਿਹੜਾ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਸੰਪਰਦਾਵਾਂ ਜਿਨ੍ਹਾਂ ਨੇ ਇਸ ਹੜਾਂ ਦੇ ਵਿੱਚ ਤੁਹਾਡੀ ਮਦਦ ਕੀਤੀ ਹੈ ਉਹਨਾਂ ਦਾ ਜ਼ਰੂਰ ਸੁੱਖ ਸੰਦ ਲਓ, ਉਹਨਾਂ ਦਾ ਮਤਲਬ ਕਿ ਉਹਨਾਂ ਦੇ ਮਗਰ ਲੱਗੋ, ਨਾ ਕਿ ਰੈਲੀਆਂ ਦੇ ਮਗਰ ਕੋਈ ਲਾਲਚ ਮਗਰ। ਸੋ ਸਾਡਾ ਜਿਹੜਾ ਚੈਨਲ ਹੈ ਸਾਡੀ ਧਰਤੀ ਸਾਡੇ ਲੋਕ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰੋ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।